पंजाब विच आम आदमी पार्टी की सरकार बनते ही पुलिस प्रशासन वालों लगातार नशा तस्करा के उपर नकेल कसी जा रही है। बटाला विच भी एक्साइज विभाग की टीम ने एक सूचना के आधार पर पुलिस न मिलकर पिंड कोहाली के सबका सरपंच लखवीर सिंह उसके भरा के घर संयुक्त तौर पर छापेमारी की। छापेमारी दौरान वड्डी मात्रा विच वख-वख किस्मां दी चंडीगढ़ मार्का नजायज़ शराब बरामद की गई है। एक्साइज विभाग के अधिकारी ने दस्सिया कि उन्होंने गुप्त सूचना मिली सी कि यह सबका सरपंच काफ़ी देर तो अपने भरा नाल मिलकर नजायज़ शराब का धंधा करता है अते ये लोग चंडीगढ़ तो सस्ते मुल ते नजायज़ शराब लिया के अगे वेचते हैं। उन्होंने दस्सिया कि छापेमारी दौरान इसके घरों 48 पेटियां शराब बरामद हुई है। उत्थे पुलिस अधिकारियों ने दस्सिया कि इन्हां व्यक्तियों के खिलाफ मामला दर्ज करके अगली कार्रवाई की जा रही है। ये एक ट्रिपल लाइन है जी, फाइन विस्की एक प्रीमियम विस्की है नैना, ये आउटसाइड पंजाब दी है जी और यूटी चंडीगढ़, ये फॉर सेल इन चंडीगढ़ है जी। तो ये भी है जी, ये भी बाहर दी है जी, फॉर सेल इन चंडीगढ़। ਸਾਨੂੰ ਅੱਜ ਮੁਖਬਰੀ ਤੇ ਇਤਲਾਹ ਮਿਲੀ ਸੀ, ਸੇਲ ਦੀ ਹੋਈ ਸੀ, ਇੱਕ ਪੇਟੀ ਦੀ, ਇੱਕ ਪੇਟੀ ਦੀ ਸੇਲ ਕੀਤੀ। ਸਾਡੇ ਏਸੀ ਸਾਹਿਬ ਆਏ ਸੀ ਜਸਵਿੰਦਰ ਸਿੰਘ, ਕਿ ਇੱਕ ਪੇਟੀ ਦੀ ਪਹਿਲਾਂ ਇਹਨਾਂ ਕੋ ਸੇਲ ਕਰਵਾਈ, 2500 ਰੁਪਇਆ ਦੇ ਕੇ ਇੱਕ ਪੇਟੀ ਲੈ ਕੇ ਗਏ। ਉਸ ਤੋਂ ਬਾਅਦ ਇਹਦੇ ਘਰ ਰੇਡ ਕੀਤੀ, ਰੇਡ ਕਰਨ ਤੋਂ ਬਾਅਦ ਇਹਦੇ ਘਰੋਂ ਹੋਰ ਇੱਕ ਪੇਟੀ ਬਰਾਮਦ ਹੋਈ। ਕਿਹਦੇ ਘਰੋਂ ਜੀ? ਬਲਵਿੰਦਰ ਸਿੰਘ ਡਾਕੀਆ, ਜਿਹਦੇ ਕਿ ਪਹਿਲਾਂ ਵੀ ਆਲਰੇਡੀ ਕਾਫੀ ਪਰਚੇ ਆ ਸ਼ਰਾਬ। ਕਿੱਥੋਂ ਰਹਿਣ ਵਾਲੇ? ਕੋਹਾਲੀ ਪਿੰਡ, ਕੋਹਾਲੀ ਦੇ ਜੀ। ਤੇ ਜਦੋਂ ਉਹਦੇ ਘਰ ਅਸੀਂ ਰੇਡ ਕੀਤੀ ਆ, ਉਹਦੀ ਵਾਈਫ ਅੰਦਰ ਮਿਲੀ ਆ, ਇੱਕ ਜਿਹੜਾ ਬੰਦਾ ਸੀਗਾ ਉਹ ਪਿੱਛੋਂ ਗੱਡੀਆਂ ਦੇਖ ਕੇ ਦੌੜ ਗਿਆ ਆ। ਤੇ ਉਸ ਤੋਂ ਬਾਅਦ ਉਹਦੇ ਅੰਦਰ ਘਰੋਂ ਸ਼ਰਾਬ ਮਿਲਣ ਤੋਂ ਬਾਅਦ ਜਦੋਂ ਫਿਰ ਸਰਚ ਕੀਤੀ ਹੈ, ਜਿਹੜੀ ਇੱਕ ਪੇਟੀ ਸੇਲ ਕਰਵਾਈ ਗਈ ਸੀ ਉਹ ਇਸ ਘਰ ਦੇ ਵਿੱਚੋਂ ਉਹਨਾਂ ਨੇ ਖੜ ਕੇ ਤੇ ਸਾਨੂੰ ਦਿੱਤੀ ਸੀਗੀ, ਤੇ ਅਸੀਂ ਧਿਆਨ ਰੱਖਿਆ ਵੀ ਲੈ ਕੇ ਕਿੱਧਰੋਂ ਜਾ ਰਿਹਾ ਹੈ। ਫਿਰ ਅਸੀਂ ਇੱਧਰੋਂ ਜਦੋਂ ਦੁਬਾਰੇ ਇੱਧਰ ਆ ਕੇ ਚੈਕਿੰਗ ਕੀਤੀ ਆ, ਇਹਦੇ ਘੱਟੋ ਘੱਟ 23-24 ਪੇਟੀਆਂ ਦੇ ਕਰੀਬ ਆ ਸ਼ਰਾਬ। ਸਾਨੂੰ ਕੁਆਂਟੀਟੀ ਬਾਅਦ 'ਚ ਦੱਸ ਦਾਂਗੇ ਕਲੀਅਰ ਕਰਕੇ ਕਿੰਨੀ ਹੈਗੀ ਆ। ਪਰ ਇੱਥੋਂ ਸ਼ਰਾਬ ਸਪਲਾਈ ਹੋ ਰਹੀ ਸੀ ਉਸ ਘਰ 'ਚ, ਕਿੱਟਾਂ 'ਚ ਛੋਟੀਆਂ ਛੋਟੀਆਂ ਕਿੱਟਾਂ ਦੇ ਵਿੱਚ ਇੱਕ ਇੱਕ ਪੇਟੀ ਜਿਹੜੀ ਹੈ ਲੈ ਕੇ ਜਾਂਦੇ। ਲਖਵੀਰ ਸਿੰਘ ਸਾਹਿਬ ਕੈਸੇ ਬੰਦੇ? ਮੈਂ ਐਕਸਾਈਜ਼ ਇੰਸਪੈਕਟਰ ਬਟਾਲਾ ਦੀਪਕ ਕੁਮਾਰ। ਕਾਫੀ ਦਿਨ ਤੋਂ ਸਾਨੂੰ ਸੂਚਨਾ ਪ੍ਰਾਪਤ ਹੋ ਰਹੀ ਸੀ ਕਿ ਚੰਡੀਗੜ੍ਹ ਦੇ ਸ਼ਰਾਬ ਪੰਜਾਬ 'ਚ ਆ ਕੇ ਸੇਲ ਹੋ ਰਹੀ ਆ, ਜਿਹਦੇ ਮੁਤਹਿਤ ਅਸਿਸਟੈਂਟ ਕਮਿਸ਼ਨਰ ਗੁਰਦਾਸਪੁਰ ਰੇਂਜ ਸ਼੍ਰੀ ਪਵਨਜੀਤ ਸਿੰਘ ਜੀ, ਸਾਡੇ ਐਕਸਾਈਜ਼ ਆਫਿਸਰ ਗੌਤਮ ਗੋਬਿੰਦ ਜੀ, ਇਹਨਾਂ ਦੇ ਦਿਸ਼ਾ ਨਿਰਦੇਸ਼ ਅਸੀਂ ਇੱਕ ਟੀਮ ਗਠਿਤ ਕੀਤੀ ਸੀ, ਜਿਹਦੇ ਵਿੱਚ ਜਸਵਿੰਦਰ ਸਿੰਘ ਬਾਜਵਾ ਐਕਸਾਈਜ਼ ਇੰਚਾਰਜ, ਕੁਲਬੀਰ ਸਿੰਘ ਐਕਸਾਈਜ਼ ਸੈੱਲ ਇੰਚਾਰਜ ਬਟਾਲਾ, ਇਕੱਠੀ ਕਰਕੇ ਟੀਮ ਅਸੀਂ ਜਸਵਿੰਦਰ ਸਿੰਘ ਜੀ ਅਤੇ ਇੱਕ ਸਿਵਲ ਦੇ ਲੜਕੇ ਨੂੰ ਇਹਨਾਂ ਦੇ ਘਰ ਭੇਜਿਆ ਅਤੇ ਇਹਨਾਂ ਨੇ ਡਿਮਾਂਡ ਕੀਤੀ ਕਿ ਸਾਨੂੰ ਸ਼ਰਾਬ ਚਾਹੀਦੀ ਆ। 2500 ਦੀ ਪੇਟੀ ਉਹਨਾਂ ਨੇ ਦਿੱਤੀ, ਜਦਕਿ ਉਹਨਾਂ ਨੇ ਜਦ ਉਹਨਾਂ ਨੇ ਸੇਲ ਕਰਾਤੀ ਪੇਟੀ, ਇਹ ਪਿੰਡ ਕੋਹਾਲੀ ਆ ਜੀ, ਬਲਵਿੰਦਰ ਸਿੰਘ ਡਾਕੀਆ ਹੈ, ਉਹਦੇ ਅੱਗੇ ਆਲਰੇਡੀ ਪਰਚੇ ਰਜਿਸਟਰਡ ਹੈ ਕਾਫੀ, ਅਤੇ ਹੁਣ ਉਹਦੇ ਸਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਮਿਲੀ ਸੀ। ਇਸ ਤੋਂ ਬਾਅਦ ਜਦੋਂ ਉਹਨੇ ਸੇਲ ਕਰਾਤੀ ਅਤੇ ਅਸੀਂ ਇਕੱਠੇ ਟੀਮ ਸਾਰੀ ਕੰਬਾਈਨ ਆਪਣੇ PS ਘੁਮਾਣ ਤੋਂ SHO ਅਰਜਨ ਕੁਮਾਰ ਜੀ ਨੂੰ ਇਤਲਾਹ ਦਿੱਤੀ, ਉਹਨਾਂ ਨੇ IO ਉਦਨਵਾਲ ਚੌਂਕੀ ਇੰਚਾਰਜ ਨੂੰ ਭੇਜਿਆ, ਸਾਰੇ ਇਕੱਠਿਆਂ ਨੇ ਹਾਈ ਰੇਡ ਕੀਤਾ। ਪਹਿਲੇ ਬਲਵਿੰਦਰ ਸਿੰਘ ਦੇ ਘਰੋਂ 18 ਬੋਤਲਾਂ, 2 ਪੇਟੀਆਂ ਆਲਮੋਸਟ ਸਾਨੂੰ ਰਿਕਵਰਡ ਹੋਈਆਂ। ਉਸ ਤੋਂ ਬਾਅਦ ਸਾਨੂੰ ਫਿਰ ਇਨਫੋਰਮੇਸ਼ਨ ਮਿਲੀ ਕਿ ਉਹਨਾਂ ਦਾ ਬ੍ਰਦਰ ਆ ਇੱਕ ਲਖਵਿੰਦਰ ਸਿੰਘ, ਉਹ ਵੀ ਕਰਦਾ ਆ। ਫਿਰ ਆਪਾਂ ਲਖਵੀਰ ਸਿੰਘ ਦੇ ਘਰੇ ਉਹਨੂੰ ਚੈੱਕ ਕੀਤਾ, ਉਹ ਸਾਬਕਾ ਸਰਪੰਚ ਪਿੰਡ ਕੋਹਾਲੀ ਸੀ, ਉਹਨਾਂ ਦੇ ਘਰੋਂ ਵੀ ਆਲਮੋਸਟ 23 ਪੇਟੀਆਂ ਸ਼ਰਾਬ ਬਰਾਮਦ ਹੋਈ, ਜਿਹਦੇ ਵਿੱਚ 555 ਅਤੇ 999 ਕੈਟੇਗਰੀ ਸੀ ਜਿਹੜੀ ਸੇਲ ਚੰਡੀਗੜ੍ਹ ਵਾਸਤੇ ਸੀ। ਉਸ ਤੋਂ ਬਾਅਦ ਆਪਾਂ ਉਹ ਕਰਦੇ ਕਰਦੇ ਉਹਦੇ ਸਾਹਮਣੇ ਉਹਨਾਂ ਦਾ ਇੱਕ ਹਵੇਲੀ ਜੀ ਸੀ, ਉਹਨੂੰ ਵੀ ਸਰਚ ਕੀਤਾ ਜਦੋਂ, ਅਤੇ ਉਹਦੇ ਤੋਂ ਆਲਮੋਸਟ 25 ਪੇਟੀਆਂ ਨੈਨਾ ਸ਼ਰਾਬ ਜਿਹੜੀ ਕਿ ਫੋਰ ਸੇਲ ਫੋਰ ਚੰਡੀਗੜ੍ਹ ਹੈ ਉਹ ਵੀ ਬਰਾਮਦ ਹੋਈ, ਅਤੇ ਆਲਮੋਸਟ 48 ਅਰਾਊਂਡ ਪੇਟੀਆਂ ਜਿਹੜੀ ਫੋਰ ਸੇਲ ਇਨ ਚੰਡੀਗੜ੍ਹ ਹੈ ਜਿਹੜੀ ਸਾਡੇ ਕੋਲ ਰਿਕਵਰਡ ਹੋਈ ਆ। ਨਹੀਂ ਜੀ, ਇਹ ਫਰਦਰ ਦ ਪਾਰਟ ਆਫ ਇਨਵੈਸਟੀਗੇਸ਼ਨ ਹੈ, ਆਪਾਂ ਇਨਵੈਸਟੀਗੇਟ ਕਰਾਂਗੇ ਕਿ ਇੰਨੀ ਸ਼ਰਾਬ ਕਿਹੜੀ ਮਾਤਰਾ 'ਚ ਕਿੱਦਾਂ ਆ ਰਹੀ ਆ, ਇਹਦੇ ਸਾਰੀ ਇਨਵੈਸਟੀਗੇਸ਼ਨ ਹੋਏਗੀ ਜੀ, ਇਹ ਸਾਰੀ ਰਿਪੋਰਟ ਬਣਾ ਕੇ ਦੇਵਾਂਗੇ, ਫਿਰ ਇਨਵੈਸਟੀਗੇਸ਼ਨ ਫਰਦਰ ਕਰਾਂਗੇ। ਯੈਸ ਮੈਡਮ, ਇਹ ਐਕਚੁਅਲੀ ਜਦੋਂ ਅਸੀਂ ਘਰ ਰੇਡ ਕੀਤਾ ਤਾਂ ਸਾਡੇ ਸਾਹਮਣੇ ਜਿਹੜਾ ਬਲਵਿੰਦਰ ਸਿੰਘ ਡਾਕੀਆ ਜਿਹਦਾ ਨਾਮ ਹੈ ਉਹ ਕੰਧ ਟੱਪ ਕੇ ਭੱਜ ਗਿਆ ਸੀ, ਦੂਜਾ ਭਰਾ ਸੀ ਇਹਨਾਂ ਦਾ ਉਹਦੇ ਘਰ ਵੀ ਜਾਂਦੇ ਜਾਂਦੇ ਉਹ ਵੀ ਭੱਜ ਗਿਆ ਸੀ, ਦੋਨੋਂ ਭੱਜ ਗਏ ਨੇ ਮੌਕੇ ਤੋਂ, ਅਤੇ FIR ਰਜਿਸਟਰਡ ਕਰਾ ਰਹੇ ਹਾਂ ਜੀ PS ਘੁਮਾਣ ਦੇ ਵਿੱਚ, SHO ਸਾਹਿਬ ਆਏ ਹੋਏ ਆ ਅਤੇ ਆਪਾਂ ਕਰ ਰਹੇ ਹਾਂ।
नहीं जी नहीं दोनों ब्रदर जिहड़े सी उहदे एक लखबीर सिंह ते एक बलविंदर सिंह दोनों मौके तो फरार है जी साडे सामने फरार हुई है। मैं एस आई एक्साइज इंचार्ज बटाला सानू अज एक मुकबर ने इतलाह दी सी भी फलाने पिंड कोहाली पिंड बलविंदर सिंह डाकिया भी शराब का काम करता है तो अभी पहला भी ऑलरेडी शराब के परचे किए हैं अही एक लड़का प्राइवेट लड़का नाल लैके यही इनू सेल करके आप दोनों सिविल दे आए हैं इनू मैं 2500 रुपया दे के इनको अं पेटी एक लई शाम को पेटी लैन तो बाद अं इतों चले गए हाँ फिर अं एक्साइज इंस्पैक्टर साहब न हाजरी में दसिया भी इतों इन्नी पेटी खरीदी गई है शराब की 2500 रुपए की फिर ATC साहब के हुक्मों के नाल अं प्रोपर रेड की वो घर के होर एक पेटी बरामद हो गई जो अं रेड किया जी एक उन्हें पेटी दी सी इन्हें लखविंदर सिंह के घरों सानू खड़ के दी अं ध्यान रखा भी कि घरों दे रहा है शराब अं लखविंदर सिंह के घर भी रेड की हम तेरे सामने वो घट्टो घट्ट 20-25 के करीब के पेटियां जी शराब मिली है जो कि सारी हरियाणे की बनी हुई है चंडीगढ़ की तो सामने एक घर सीगा ये घर भी जी आई सामने वेख सकते हो 555 ये घरों में 20-25 के पेटियां के करीब शराब लखबीर सिंह टोटल गिनती करके दसती जाती है भी कि 48-50 पेटियां है शराब। मैं SI SHO अर्जुन कुमार थाना घुमाण साढ़े इंस्पैक्टर एक्साइज नाल इन्हों का स्टाफ इन्हों इनफॉर्मेशन सी भी इतने शराब है वो इन्होंने रेड किया एक भरा बलविंदर सिंह डाकिए को बाकी भरा ने लखविंदर सिंह एक लखबीर सिंह उन्होंने घर जो शराब बरामद की इन्होंने ये करीब 48-50 पेटियां ये पिंड कोहाली